कल विधानसभा के गुरबाणी लैके जिहड़ा बयानबाजी हुई मुख्यमंत्री भाषण जिसने किस तरीके देखते हो जो हुण गुरबाणी दे नूं लैके काफ़ी कुछ विवाद जिहड़ा है खड़ा किया जा रहा। देखो ये जो मसला गुरबाणी का श्रोमणी गुरुद्वारा प्रबंधक कमेटी अपना पक्ष बड़ा बखूबी उस रूप स्पष्ट कर चुकी है कि ये कोई गुरबाणी बेची नहीं जा रही। कोई एक बंदा बीबीसी चैनल वाला भी कल कहती गल कि कोई एक बंदा भी लाओ अस 1 करोड़ रुपया इनाम दे रूप आ रहा जो कोई किसी ने 1 रुपया भी किसी को 50 पैसे भी लगे बिल्कुल एक सियासी स्टंट है। भगवंत मान केजरीवाल वो सिख विरोधी सोच रखते हैं तो इस करके अज जिहड़ा उन्होंने इस गल नूं स्टंट बना के वो सिख पंथ के अंदर एक बहुत वड्डी हलचल जिहड़ी आ पैदा करने जतना विच आ। असीं केजरीवाल की बैकग्राउंड जानते हैं असीं बड़ी जल्दी वो सारा उहदा पछोकड़ जिहड़ा वो सामने लियावांगा मैं खुद लियावांगा जिथों तक संबंध है जो कल विधानसभा में होया ਇਹ ਭਗਵੰਤ ਮਾਨ ਨੂੰ ਪਤਾ ਨਹੀਂ ਕਿੱਥੋਂ ਸ਼੍ਰੋਮਣੀ ਕਮੇਟੀ ਦਾ ਹੇਜ ਜਾ ਗਿਆ। ਇਹਨੂੰ ਇਹ ਨਹੀਂ ਪਤਾ ਕਿ ਸ਼੍ਰੋਮਣੀ ਕਮੇਟੀ ਦਾ ਵੋਟਰ ਬਣਨ ਦੇ ਵਾਸਤੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜੇ ਮੈਂਬਰ ਇਲੈਕਟ ਕਰਨਾ ਜਿਨ੍ਹਾਂ ਨੇ ਅੱਗੇ ਪ੍ਰਧਾਨ ਇਲੈਕਟ ਕਰਨਾ ਜਿਨ੍ਹਾਂ ਨੇ ਇਹਦਾ ਪ੍ਰਬੰਧ ਸੰਭਾਲਣਾ ਉਹ ਵੋਟਰ ਦੀ ਵੀ ਇੱਕ ਕਾਇਦਾ ਸ਼ਰਤਾਂ ਨੇ ਕਿ ਉਹ ਬੰਦਾ ਅਮਰਧਾਰੀ ਹੋਵੇ ਉਹ ਬੰਦਾ ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ ਸ਼ਰਾਬ ਨਾ ਪੀਂਦਾ ਹੋਵੇ। ਅਤੇ ਮੇਰਾ ਖਿਆਲ ਆ ਮੁੱਖ ਮੰਤਰੀ ਸਾਹਿਬ 'ਚ ਮਾਨਯੋਗ ਵਿੱਚ ਸਾਰੀਆਂ ਹੀ ਸਿਫਤਾਂ ਦਾੜੀ ਵੀ ਕੱਟਦੇ ਆ ਸ਼ਰਾਬਾਂ ਵੀ ਪੀਂਦੇ ਆ ਅਤੇ ਅਮਰਤਾ ਦੂਰ ਦੀ ਗੱਲ ਹੈ। ਉਹਨਾਂ ਨੂੰ ਪੁੱਛੋ ਕਹੋ ਵੀ ਤੁਸੀਂ ਪਹਿਲਾਂ ਵੋਟਰ 'ਤੇ ਬਣੋ ਫਿਰ ਤੁਹਾਨੂੰ ਪਤਾ ਬਣਾਂਗੇ ਵੀ ਤੁਸੀਂ ਸ਼੍ਰੋਮਣੀ ਕਮੇਟੀ ਦੀ ਬੜੇ ਵਫ਼ਾਦਾਰ ਹੋ ਬੜੇ ਹੋ ਤੁਹਾਡੇ ਮਨ 'ਚ ਇਸ ਗੱਲ ਦਾ ਪਿਆਰ ਹੈ। ਜਿਹੜੇ ਬੰਦੇ ਪਹਿਲਾ ਵਿਅਕਤੀ ਆ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਜਿਹਨੇ ਅੱਜ ਪਹਿਲੀ ਵਾਰ ਇਹ ਮੁੱਖ ਮੰਤਰੀ ਦੀ ਸਹੁੰ ਚੱਕੀ ਜਿਹਦਾ ਜਿਹੜਾ ਸਿੱਖੀ ਸਰੂਪ ਦੇ ਵਿੱਚ ਹੀ ਨਹੀਂ ਜਿਹਦਾ ਪੰਜਾਬ ਦਾ ਇਤਿਹਾਸ ਪਿਛਲਾ ਰਿਹਾ ਘੱਟੋ ਘੱਟ ਮੁੱਖ ਮੰਤਰੀ ਇਸ ਗੱਲ ਦਾ ਤਾਂ ਉਹਦੀ ਯੋਗਤਾ ਵਿੱਚ ਵੇਖੀ ਗਈ ਹੈ ਨਾ ਕਿ ਉਹ ਮੁੱਖ ਮੰਤਰੀ ਹਮੇਸ਼ਾ ਕਿੱਸਾ ਦਾੜੀਆਂ ਵਾਲਾ ਚਾਹੇ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਜਾਂ ਸੁਰਜੀਤ ਸਿੰਘ ਬਰਨਾਲਾ ਜਾਂ ਕੋਈ ਵੀ ਬੰਦੇ ਪਿਛਲੇ ਸਮੇਂ 'ਚ ਅਸੀਂ ਦੇਖ ਲਈਏ ਸਾਰੇ ਬੰਦਿਆਂ ਦੀ ਲੇਕਿਨ ਇਸ ਵਿਅਕਤੀ ਨੇ ਅੱਜ ਬਹੁਤ ਵੱਡੀ ਜਿਹੜੀ ਪੰਜਾਬ ਦੇ ਇਤਿਹਾਸ ਨੂੰ ਇਹਨੇ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਸਮਝਦਾ। ਅਤੇ ਇਹਨੂੰ ਇਹ ਨਹੀਂ ਪਤਾ ਕਿ ਸਿੱਖ ਪੰਥ ਨੂੰ ਕਿਸੇ ਕਾਲੇ ਕਾਨੂੰਨਾਂ ਦੀ ਪਰਵਾਹ ਨਹੀਂ ਕਿਸੇ ਕਿਸਮ ਦੇ ਕੋਈ ਸਰਕਾਰੀ ਤਾਕਤਾਂ ਦੀ ਭੈ ਨਹੀਂ ਅਤੇ ਬੜੇ ਵੱਡੇ ਵੱਡੇ ਕਾਨੂੰਨ ਸਾਡੇ ਥੋਪੇ ਜਾਂਦੇ ਨੇ ਬੜੇ ਵੱਡੇ ਵੱਡੇ ਫੈਸਲੇ ਸਾਡੇ ਖਿਲਾਫ ਕੀਤੇ ਜਾਂਦੇ ਨੇ। ਅਸੀਂ ਬਿਲਕੁਲ ਇਸ ਗੱਲ ਤੋਂ ਭੈ ਨਹੀਂ ਮੰਨਣ ਵਾਲੇ ਬਲਕਿ ਹਮੇਸ਼ਾ ਪੰਥ ਲਈ ਲੜੇ ਆ ਮਰੇ ਆ। ਅਸੀਂ ਤਾਂ ਵੇਖੋ ਖਾੜਕੂ ਸੰਘਰਸ਼ ਵਿੱਚ ਹੁੰਦੇ ਹਾਂ ਅਸੀਂ ਤਾਂ ਆਹ ਸਾਡੇ ਭਰਾਵਾਂ ਦਾ ਥੋੜ੍ਹਾ ਜਿਹਾ ਆਪਸ 'ਚ ਇਸ ਤਰ੍ਹਾਂ ਦਾ ਵਾਤਾਵਰਨ ਬਣ ਗਿਆ ਤਾਂ ਅਸੀਂ ਕਿਹਾ ਵੀ ਨਹੀਂ ਅਸੀਂ ਆਪਸੀ ਲੜਾਈ 'ਚ ਆਪਾਂ ਨਹੀਂ ਉਲਝਣਾ ਤਾਂ ਅਸੀਂ ਰਾਜਨੀਤਿਕ ਖੇਤਰ ਦੇ ਵਿੱਚ ਆ ਗਏ ਹਾਂ। ਭਗਵੰਤ ਮਾਨ ਨੂੰ ਮੈਂ ਸੁਚੇਤ ਕਰਦਾ ਕਿ ਪੰਜਾਬ ਨੂੰ ਬਲਦੀ ਦੇ ਬੁੱਥੇ ਨਾ ਪਾਓ ਤੁਸੀਂ ਪੰਜਾਬ 'ਚ ਨਾ ਅੱਗਾਂ ਲਾਓ। ਪੰਜਾਬ ਨੂੰ ਸਿੱਖ ਪੰਥ ਨੂੰ ਬੜਾ ਵੱਡਾ ਇਤਿਹਾਸ ਆ ਇਸ ਦੇਸ਼ ਲਈ ਬੜੀਆਂ ਕੁਰਬਾਨੀਆਂ ਭਗਵੰਤ ਮਾਨ ਜੀ ਇਸ ਦੇਸ਼ ਤੋਂ ਵੀ ਆਪਾਂ ਇਨਸਾਫ ਲੈਣਾ ਜਿਨ੍ਹਾਂ ਨੇ ਅਜੇ ਤੱਕ ਸਿੱਖ ਪੰਥ ਨੂੰ ਬਹੁਤ ਕੁਛ ਉਹਨਾਂ ਨਾਲ ਵਾਅਦੇ ਕੀਤੇ ਹੋਏ ਸਾਡੇ ਨਾਲ ਦੇਸ਼ ਦੇ ਹਾਕਮਾਂ ਨੇ ਲੇਕਿਨ ਅੱਜ ਤੱਕ ਉਹ ਵਾਅਦੇ ਪੂਰੇ ਨਹੀਂ ਹੋਏ ਅਤੇ ਤੁਸੀਂ ਨਵੀਆਂ ਭਾਸ਼ੀਆਂ ਜਿਹੜੀਆਂ ਉਹ ਪਾਈ ਜਾਂਦੇ ਆ ਸੋ ਅੱਜ ਬਹੁਤ ਵੱਡੀ ਇਹ ਜਿਹੜੀ ਚਾਲਾਂ ਸਾਜ਼ਿਸ਼ਾਂ ਇਹਦੇ ਪਿੱਛੇ ਬੜੀ ਵੱਡੀ ਇੱਕ ਸਿੱਖ ਵਿਰੋਧੀ ਸੋਚ ਹੈ। ਮੈਂ ਸਮਝਦਾ ਕਿ ਭਗਵੰਤ ਮਾਨ ਨੂੰ ਹਜੇ ਹੋ ਸਕਦਾ ਉਸ ਗੱਲ ਦਾ ਪੂਰਾ ਇਲਮ ਵੀ ਨਾ ਹੋਵੇ ਲੇਕਿਨ ਉਹਨੂੰ ਸੁਚੇਤ ਹੋਣਾ ਚਾਹੀਦਾ। ਚਾਵਲਾ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਬਹੁਤ ਸਾਰੀਆਂ ਚੁਣੌਤੀਆਂ ਦੀ ਗੱਲ ਕੀਤੀ ਆ ਸਿੱਖ ਪੰਥ ਵਿੱਚ ਖੌਰੂ ਪਾਉਣ ਦੀ ਗੱਲ ਕਰ ਤੁਸੀਂ ਇਲਜ਼ਾਮ ਕਰ ਰਹੇ ਖੌਰੂ ਪਾਇਆ ਜਾ ਰਿਹਾ ਸਿੱਖ ਕੌਮ ਨੂੰ ਵੰਡੀਆਂ ਦੀ ਇਸ ਦੀ ਤੁਸੀਂ ਆਪਣੇ ਤੌਰ 'ਤੇ ਸਿੱਖਾਂ ਨੂੰ ਇਕਮੁੱਠ ਕਰਨ ਦੇ ਲਈ ਹਾਲਾਤਾਂ ਨੂੰ ਜਾਗਰੂਕ ਕਰਨ ਲਈ ਸਿੱਖਾਂ 'ਤੇ ਜਿਸ ਤਰੀਕੇ ਸ਼ਰਧਾ ਢਾਈ ਜਾ ਰਹੀ ਆ ਗਾਹੇ ਵਗਾਹੇ ਸਰਕਾਰੀ ਜਾਂ ਕਿਸੇ ਤਰੀਕੇ ਨਾਲ ਸਾਜੀ ਰਹੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਆਪਣੇ ਤੌਰ 'ਤੇ ਕਿਸੇ ਨਾਲ ਕੋਈ ਕੰਟਰੋਵਰਸੀ ਨਹੀਂ ਪਾਈ ਕਦੇ ਇਹੋ ਜਿਹਾ ਯਤਨ ਨਹੀਂ ਕੀਤਾ ਕਿ ਕਿਸੇ ਧਿਰ ਨੂੰ ਨੀਵਾਂ ਵਿਖਾਇਆ ਹੋਵੇ ਕਦੇ ਇਹੋ ਜਿਹਾ ਯਤਨ ਨਹੀਂ ਕੀਤਾ ਕਿਸੇ ਧਿਰ ਨੂੰ ਇਗਨੋਰ ਕੀਤਾ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡੀ ਵੱਡੀ ਮਹਾਨ ਸੰਸਥਾ ਜਿਨ੍ਹਾਂ ਦੇ ਪੁਰਖਿਆਂ ਨੇ ਵੱਡੇ ਵਡੀਰਾਂ ਨੇ ਸਾਡਿਆਂ ਨੇ ਖੂਨ ਡੋਲ ਕੇ ਇਹਨੂੰ ਬਣਾਇਆ
ਪੰਦੀ ਚੜ੍ਹਦੀ ਕਲਾਲੀ ਬਣਾਇਆ ਸੀ ਜੀ ਅਤੇ ਹਮੇਸ਼ਾ ਇਹਦੇ ਵਿੱਚ ਸਾਰੀਆਂ ਚਾਹੇ ਕੋਈ ਸੰਪਰਦਾਵਾਂ ਦੇ ਹੈ ਚਾਹੇ ਕੋਈ ਬੁੱਧੀਜੀਵੀ ਹੈ ਚਾਹੇ ਕੋਈ ਵਿਦਵਾਨ ਪੁਰਸ਼ ਹੈ ਕੋਈ ਹੋਰ ਜਥੇਬੰਦੀਆਂ ਸਿੱਖ ਪੰਥ ਦੀਆਂ ਕੋਈ ਵੀ ਆ ਉਹ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਲੈ ਕੇ ਚੱਲਦੀ ਆ ਅਤੇ ਅੱਜ ਲੋੜ ਹੈ ਮੈਂ ਅਪੀਲ ਵੀ ਕਰਦਾ ਸਮੁੱਚੇ ਖਾਲਸਾ ਪੰਥ ਨੂੰ ਕਿ ਆ ਜਾਓ ਇਹ ਸਿੱਖ ਝੰਡੇ ਥੱਲੇ ਇਕੱਠੇ ਹੋਵੋ ਸਿੱਖ ਪੰਥ ਨੂੰ ਵੰਡ ਕੇ ਤਾਂ ਸਰਕਾਰਾਂ ਨੂੰ ਵਿਰੋਧੀਆਂ ਨੂੰ ਫਾਇਦਾ ਹੋ ਰਿਹਾ ਜੇ ਅਸੀਂ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਬੈਠੇ ਆ ਸਾਡੇ ਹੋਰ ਬੜੀਆਂ ਵੱਡੀਆਂ ਸਮੱਸਿਆਵਾਂ ਮਸਲੇ ਉਸ ਤਰ੍ਹਾਂ ਹੀ ਪਏ ਆ ਉਹ ਤਾਂ ਹੀ ਪਏ ਉਹਨਾਂ ਨੂੰ ਪਤਾ ਕਿ ਆਪਸ 'ਚ ਵੰਡਿਆ ਹੋਇਆ ਪੰਥ ਅਤੇ ਨੁਕਸਾਨ ਹੋਣਾ ਅਸੀਂ ਗਏ ਪ੍ਰਧਾਨ ਸਾਹਿਬ ਗਏ ਉੱਥੇ ਬੰਦੀ ਸਿੰਘਾਂ ਦੇ ਕੋਲ ਉੱਥੇ ਉਹ ਵਿਚਾਰੇ ਉਹ ਜਿਹੜੇ ਪ੍ਰਬੰਧਕ ਬੈਠੇ ਉਹ ਤਾਂ ਉਸ ਵੇਲੇ ਆਪ ਹੈਰਾਨ ਹੋ ਕੇ ਵੀ ਇਹ ਕੀ ਬਣ ਗਿਆ ਜਦੋਂ ਬੰਦੇ ਪ੍ਰਧਾਨ ਸਾਹਿਬ ਦੇ ਹੀ ਉੱਥੇ ਗੱਲ ਪੈ ਗਈ ਜਦੋਂ ਇਹੋ ਜਿਹਾ ਵਾਤਾਵਰਨ ਇਹ ਏਜੰਸੀਆਂ ਪੈਦਾ ਕਰਦੀਆਂ ਅਤੇ ਸਾਨੂੰ ਲੋੜ ਆ ਕਿ ਅਸੀਂ ਗੁਰੂ ਦੇ ਦਾਬਿਆ ਕੇਸਰੀ ਨਿਸ਼ਾਨ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ 'ਚ ਇਕੱਠੇ ਹੋਈਏ ਸ਼੍ਰੋਮਣੀ ਕਮੇਟੀ ਦਾ ਇਹੀ ਮਾਟੋ ਆ ਅਤੇ ਕਦੀ ਕਿਸੇ ਨਾਲ ਵਿਤਕਰਾ ਨਹੀਂ।